ਜਾਂਦਾ ਭੁੱਲ ਜਾਈਏ, ਯਾਦ ਰੱਖੀ ਜਾਂਦੀ ਇਹ ਗੱਲਾਂ, ਦੁਸ਼ਮਣ ਨਾਲ ਜਦੋਂ ਲੜੀਏ ਫਿਰ ਕਹਿੰਦੀ ਵਿਚਾਰ ਆ, ਫਿਰ ਕੋਈ ਵਿਚਾਰ ਨਹੀਂ, ਸਾਨੂੰ ਤਾਂ ਰੋਸ ਵੀ ਕੋਈ ਨਹੀਂ ਆ, ਮਾਰ ਲਿਓ, ਰੋਸ ਇਸ ਗੱਲ ਦਾ ਵਾ ਅਸੀਂ ਚੁਣਿਆ ਇੱਕ ਸਰਕਾਰ ਦੇਸ਼ ਦਾ ਰਾਜਾ ਹੋਵੇ ਅਤੇ ਰਾਜਾ ਹਮਲਾ ਕਰਾਵੇ ਹਰਿਆਣੇ ਦੇ ਵਿੱਚ, ਵੀ ਇਹਦਾ ਹੱਕ ਮੰਨਦਾ ਉਹ ਗੋਲੀ ਸਾਡੇ ਵਿੱਚ ਚਲਾਉਂਦਾ, ਸਾਡੇ ਪੰਜਾਬ ਗੋਲੀ ਕਿਉਂ ਚਲਵਾਏ, ਕੀ ਇਹਨਾਂ ਅਧਿਕਾਰ ਆ? ਚਾਰ ਮਰੀਜ਼ਾਂ ਦੇ ਟਾਂਕੇ ਲਾ ਕੇ ਪੱਠੀਆਂ ਕਰਕੇ ਅਤੇ ਉਹਨਾਂ ਨੂੰ ਦਰਦ ਦਾ ਇੰਜੈਕਸ਼ਨ ਅਤੇ ਟੈਟਨੂਸ ਦਾ ਇੰਜੈਕਸ਼ਨ ਦੇ ਕੇ ਅਤੇ ਖਾਣ ਨੂੰ ਐਂਟੀਬਾਇਓਟਿਕ ਕਵਰ ਦੇ ਕੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਇੱਥੋਂ ਭੇਜਿਆ ਚਾਰਾਂ ਨੂੰ। ਵੀਰ ਇਹ ਤੁਹਾਡੇ ਬੱਚਾ? ਇਹ ਮੇਰੇ ਇੱਥੇ ਬੱਚੇ ਜੀ, ਪੈਰ ਦੇ ਬੱਚੇ ਜੀ। ਦੇਖੋ ਦਰਸ਼ਕੋ, ਹਾਰਡ ਹੋ ਗਿਆ ਕਾਫੀ, ਹੈ ਨਾ? ਹਾਂਜੀ, ਬਹੁਤ ਦਰਦ ਹੋ ਰਿਹਾ ਜੀ। ਹੁਣ ਮੁੰਡਾ ਜਿਹੜਾ ਫੱਟੜ ਹੋਇਆ ਸੀਗਾ ਉਹਨੂੰ ਫਿਰ ਇਹਦੇ ਵਿੱਚ ਰੱਖ ਕੇ ਉਹਨੂੰ ਫਿਰ ਟਰਾਲੀ ਦੇ ਵਿੱਚ ਛੱਡ ਕੇ ਫਿਰ ਵਾਪਸ ਫਿਰ ਇੱਥੇ ਮਤਲਬ ਆ ਜਾਂਦਾ ਜੀ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਜੁੜੇ ਹੋਏ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਤੇ ਮੈਂ ਹਰਜੀਤ ਕੌਰ ਸ਼ੰਭੂ ਬਾਰਡਰ ਤੋਂ ਲਗਾਤਾਰ ਅਪਡੇਟ ਦੇ ਰਿਹਾ, ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਆ, ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੀਆਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਗੱਲ ਕਰਦੇ ਆ ਕਿਸਾਨਾਂ ਦੀ, ਤਾਂ ਕਿਸਾਨਾਂ ਨੇ ਵੀ ਪੂਰੀਆਂ ਆਪਣੀਆਂ ਤਿਆਰੀਆਂ ਕੀਤੀਆਂ ਹੋਈਆਂ ਹੈ, ਪਰ ਤਿਆਰੀਆਂ ਕਰਨ ਦੇ ਬਾਵਜੂਦ ਵੀ ਕਿਸਾਨਾਂ ਦੇ ਉੱਪਰ ਲਗਾਤਾਰ ਅਥਰੂ ਗੈਸ ਦੇ ਗੋਲੇ ਭਰਾਏ ਜਾ ਰਹੇ ਨੇ, ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ, ਸ਼ੈਲ ਸਿੱਟੇ ਜਾ ਰਹੇ ਨੇ, ਪਰ ਵੱਖ ਵੱਖ ਸੰਸਥਾਵਾਂ ਵੀ ਨੇ ਜਿਹੜੀਆਂ ਕਿ ਆਪ ਮੁਹਾਰੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਲਾਈਫ ਕੇਅਰ ਫਾਊਂਡੇਸ਼ਨ ਦੀ ਗੱਲ ਕਰਦੇ ਆ, ਜਿਨ੍ਹਾਂ ਨੇ ਪਹਿਲਾਂ ਵੀ ਸਿੰਘੂ ਬਾਰਡਰ ਤੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਤੇ ਅੱਜ ਖਾਸ ਤੌਰ ਤੇ ਜਿਸ ਤਰੀਕੇ ਦੇ ਨਾਲ ਗੋਲਾਬਾਰੀ ਕੀਤੀ ਜਾ ਰਹੀ ਆ ਤਾਂ ਬਹੁਤ ਜ਼ਿਆਦਾ ਇੰਜਰੀ ਵੀ ਹੁੰਦੇ ਜਿਹੜੇ ਕਿ ਡਰ ਹੈਗੇ ਨੇ। ਤੇ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਲੈ ਆਉਂਦੇ ਨੇ ਸਟ੍ਰਕਚਰ ਲੈ ਆਉਂਦੇ ਨੇ, ਕਿਉਂਕਿ ਇਹ ਪਹਿਲੀ ਲਾਈਫ ਕੇਅਰ ਫਾਊਂਡੇਸ਼ਨ ਹੈ ਜਿਨ੍ਹਾਂ ਨੇ ਆਪਣੀ ਪੂਰੀ ਤਿਆਰੀ ਦੇ ਵਿੱਚ ਆਏ ਨੇ, ਮਾਸਕ ਤੋਂ ਲੈ ਕੇ ਦਵਾਈਆਂ ਅੱਖਾਂ ਦੇ ਵਿੱਚ ਪਾਉਣ ਨੂੰ ਲੈ ਕੇ ਤੇ ਹੋਰ ਵੀ ਜਿਹੜੀ ਕੋਈ ਸੀਰੀਅਸ ਇੰਜਰੀ ਜਿਹੜੀ ਹੁੰਦੀ ਆ ਉਹਦਾ ਵੀ ਟ੍ਰੀਟਮੈਂਟ ਇੱਥੇ ਕੀਤਾ ਜਾ ਰਿਹਾ ਹੈ। ਆਕਸੀਜਨ ਜਿਹੜੀ ਉਹ ਵੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ, ਖਾਸ ਤੌਰ ਤੇ 2-3 ਸਿਲੰਡਰ ਜਿਹੜੇ ਕਿ ਆਕਸੀਜਨ ਦੇ ਹੀ ਇੱਥੇ ਲੈ ਕੇ ਆਏ ਨੇ ਤਾਂ ਜੋ ਕਿਸੇ ਨੂੰ ਵੀ ਕੋਈ ਸੀਰੀਅਸ ਜਿਹੜੀ ਦਿੱਕਤ ਆ ਸਕਦੀ ਆ ਤਾਂ ਉਹ ਪ੍ਰੋਵਾਈਡ ਕਰਾਈ ਜਾਵੇ, ਕਿਉਂਕਿ ਆਕਸੀਜਨ ਦੀ ਬਹੁਤ ਦਿੱਕਤ ਹੁੰਦੀ ਹੈ ਜਦੋਂ ਅਥਰੂ ਗੈਸ ਦੇ ਗੋਲੇ ਭਰਾਏ ਜਾਂਦੇ ਨੇ ਅੱਖਾਂ ਦੇ ਵਿੱਚ, ਉਹ ਪੈਂਦੇ ਨੇ ਤਾਂ ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹੀ ਜਾਣਨਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਇਸ ਸ਼ੰਭੂ ਬਾਰਡਰ ਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਭਰਾਏ ਜਾ ਰਹੇ ਨੇ ਤੇ ਕੀ ਪ੍ਰੋਬਲਮਸ ਜਿਹੜੀਆਂ ਕਿ ਹੁਣ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਆ ਰਹੀਆਂ ਨੇ? ਭੈਣ ਜੀ, ਸਭ ਤੋਂ ਪਹਿਲਾਂ ਤਾਂ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਆ, ਬਟ ਅੱਜ ਰੱਬ ਦੀ ਬਹੁਤ ਵੱਡੀ ਮਿਹਰ ਰਹੀ ਆ ਕਿ ਹਵਾ ਉੱਧਰ ਦੀ ਹੋਈ ਆ, ਸਿੱਟੀ ਜਾਣਾ ਤੂੰ ਉੱਧਰ ਨੂੰ ਜਾਣਾ ਤੇ ਇਸ ਕਰਕੇ ਤਾਂ ਆਪਾਂ ਬਚੇ ਹੋਏ ਹਾਂ, ਬਟ ਜਦ ਗੋਲਾ ਕਿਸੇ ਲੱਗਦਾ ਉੱਥੇ ਫਟਦਾ ਫਿਰ ਉੱਥੇ ਜ਼ਖਮ ਹੋ ਜਾਂਦਾ। ਉਹਦੇ ਵਾਸਤੇ ਅਸੀਂ ਹੁਣ ਤੱਕ 4 ਮਰੀਜ਼ਾਂ ਦੇ ਟਾਂਕੇ ਲਾ ਕੇ ਪੱਟੀਆਂ ਕਰਕੇ ਅਤੇ ਉਹਨਾਂ ਨੂੰ ਦਰਦ ਦਾ ਇੰਜੈਕਸ਼ਨ ਅਤੇ ਟੈਟਨੂਸ ਦਾ ਇੰਜੈਕਸ਼ਨ ਦੇ ਕੇ ਅਤੇ ਖਾਣ ਨੂੰ ਐਂਟੀਬਾਇਓਟਿਕ ਕਵਰ ਦੇ ਕੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਇੱਥੋਂ ਭੇਜਿਆ ਚਾਰਾਂ ਨੂੰ, ਅਤੇ ਫੋਰਚੂਨੇਟਲੀ ਕਿਸੇ ਨੂੰ ਰੈਫਰ ਨਹੀਂ ਕਰਨਾ ਪਿਆ, ਬਟ ਸਾਡੇ ਕੋਲ ਐਂਬੂਲੈਂਸਾਂ ਹੈਗੀਆਂ ਜੇ ਕਿਸੇ ਨੂੰ ਰੈਫਰ ਵੀ ਕਰਨਾ ਪਿਆ। ਪ੍ਰਬੰਧ ਦੀ ਗੱਲ ਕਰਦੇ ਆ ਤਾਂ ਲਾਈਫ ਕੇਅਰ ਫਾਊਂਡੇਸ਼ਨ ਕਿਵੇਂ ਆਪਣਾ ਪੂਰਾ ਪ੍ਰਬੰਧ ਕਰਕੇ ਸ਼ੰਭੂ ਬਾਰਡਰ ਤੇ ਪਹੁੰਚੀ ਆ? ਅਸੀਂ ਦੇਖ ਰਹੇ ਆ ਸਟਰਕਚਰ ਵੀ ਰੱਖੇ ਹੋਏ ਆ, ਆਕਸੀਜਨ ਵੀ ਰੱਖੀ ਹੋਈ ਆ, ਇਸ ਤੋਂ ਇਲਾਵਾ ਹੋਰ ਕੀ ਜਿਹੜਾ ਪ੍ਰੋਵਾਈਡ ਕਰਵਾ ਰਹੇ ਹੋ? ਇੱਥੇ ਸਾਡੇ ਕੋਲ ਸੂਚਰਿੰਗ ਦਾ ਸਾਰਾ ਸਮਾਨ ਆ, ਟਾਂਕੇ ਲਾਉਣ ਦਾ ਸਾਰਾ ਸਮਾਨ ਜੀ ਸਾਡੇ ਕੋਲ, ਐਮਰਜੈਂਸੀ ਜੇ ਕਿਸੇ ਕੋਈ ਖੁਦਾ ਨਾ ਖਾਸਤਾ ਬੰਦਾ ਬੇਹੋਸ਼ ਹੋ ਜਾਂਦਾ ਤੇ ਉਹਦੇ 'ਚ ਜਿਹੜੀ ਮੂੰਹ 'ਚ ਨਾਲੀ ਪਾਈਦੀ ਆ ਉਹ ਵੀ ਇੰਤਜ਼ਾਮ ਹੈਗੇ ਆ। ਮੈਂ ਮੇਰਾ ਐਕਸਪੀਰੀਅੰਸ ਹੀ ਸਾਰਾ ਐਮਰਜੈਂਸੀ ਤੇ ICU ਦਾ ਐਕਸਪੀਰੀਅੰਸ ਆ,
ਤੇ ਮੈਂ ਇੱਥੇ ਹੈਗਾ, ਰੱਬ ਨਾ ਕਰੇ ਮੇਰੀਆਂ ਸੇਵਾਵਾਂ ਦੀ ਲੋੜ ਪਵੇ, ਪਰ ਜੇ ਪੈਂਦੀ ਆ ਤਾਂ ਮੈਂ ਹਾਜ਼ਰ। ਡਾਕਟਰ ਸਾਹਿਬ ਕਹਿੰਦੇ ਕਿ ਇੱਕ ਰੱਬ ਤੇ ਦੂਜਾ ਡਾਕਟਰ ਨੂੰ ਵੀ ਰੱਬ ਮੰਨਿਆ ਜਾਂਦਾ ਆ, ਪਰ ਇੱਥੇ ਤੁਸੀਂ ਕਰਨ ਕਰਾਉਣ ਵਾਲਾ ਰੱਬ ਆ, ਅਸੀਂ ਤਾਂ ਬਸ ਆਪਣੀ ਮਿਹਨਤ ਕਰ ਸਕਦੇ ਹਾਂ, ਵੈਸੇ ਕਰਨ ਕਰਾਉਣ ਵਾਲਾ ਰੱਬ ਆ। ਪਰ ਕਿਵੇਂ ਦੇਖਦੇ ਹੋ ਜਦੋਂ ਅਥਰੂ ਗੈਸ ਦੇ ਗੋਲੇ ਨੌਜਵਾਨਾਂ ਤੇ ਵਰਾਏ ਜਾਂਦੇ ਨੇ, ਕਿਉਂਕਿ ਇਸ ਹੀ ਦੇਸ਼ ਦੇ ਨਾਗਰਿਕ ਨੇ, ਪਰ ਜੋ ਬੇਗਾਨਗੀ ਭੈਣ ਜੀ, ਜੇ ਆਹੀ ਕੁਛ ਇਧਰਲੇ ਪਾਸੇ ਪਾਕਿਸਤਾਨ ਵਾਲੇ ਬਾਰਡਰ ਤੇ ਹੁੰਦਾ ਤਾਂ ਅਸੀਂ ਖੁਸ਼ੀ ਖੁਸ਼ੀ ਕਰਨਾ ਸੀਗਾ, ਕਿਉਂਕਿ ਫਿਰ ਅਸੀਂ ਦੁਸ਼ਮਣ ਨਾਲ ਲੜਦੇ ਹੋਣਾ ਸੀਗਾ। ਹੁਣ ਅਸੀਂ ਆਪਣੇ ਭਾਈਆਂ ਨਾਲ ਲੜੀ ਜਾਂਦੇ ਹਾਂ। ਹਰਿਆਣੇ ਵਾਲੇ ਤਾਂ ਕਹਿੰਦੇ ਪੰਜਾਬ ਸਾਡਾ ਵੱਡਾ ਭਰਾ, ਤਾਂ ਸਾਨੂੰ ਛੋਟੇ ਭਰਾ ਨਾਲ ਲੜਾਈ ਜਾਂਦੇ ਆ। ਬਸ ਇਹ ਸੈਂਟਰ ਦੀਆਂ ਸਰਕਾਰਾਂ ਹੀ ਫੁੱਟਬਾਲ ਰਾਜ ਕਰੋ, ਅੰਗਰੇਜ਼ਾਂ ਤੋਂ ਸਿੱਖ ਕੇ ਹੁਣ ਸਾਡੇ ਤੇ ਹੀ ਅਪਣਾਈ ਜਾਂਦੇ ਆ। ਇੱਕ ਵਾਰ ਪਹਿਲਾਂ ਵੀ ਏਦਾਂ ਹੀ ਹੋਇਆ ਸੀਗਾ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤਾਂ ਕਿਸਾਨ ਮਜ਼ਦੂਰ ਏਕਤਾ ਹਸਪੀਟਲ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਬਣਾਇਆ ਗਿਆ ਚੱਲਦਾ ਫਿਰਦਾ ਹਸਪੀਟਲ, ਤਾਂ ਅੱਜ ਵੀ ਉਹੀ ਲੱਗ ਰਿਹਾ ਜਿਵੇਂ ਚੱਲਦਾ ਫਿਰਦਾ ਹਸਪੀਟਲ। ਭਾਈ ਜੀ, ਅਸੀਂ ਤਾਂ ਡਾਕਟਰ ਹਾਂ, ਸਾਨੂੰ ਜਿੱਥੇ ਮਰਜ਼ੀ ਖੜਾ ਦਿਓ, ਅਸੀਂ ਤਾਂ ਆਪਣਾ ਕੰਮ ਕਰਨਾ। ਸਾਨੂੰ ਹਸਪਤਾਲ 'ਚ ਬਿਠਾ ਦਿਓ ਤੇ ਅਸੀਂ ਬਹਿ ਕੇ ਕਰ ਲਾਂਗੇ, ਸਾਨੂੰ ਰੋੜਾ ਤੇ ਲੈ ਆਓ ਤੇ ਅਸੀਂ ਰੋੜਾ ਤੇ ਕਰ ਅਸੀਂ ਚੱਲਦੇ ਫਿਰਦੇ ਬਣ ਜਾਾਂਗੇ। ਬਿਲਕੁਲ ਜੀ। ਸੋ ਇੱਧਰ ਤੁਸੀਂ ਦੇਖ ਸਕਦੇ ਹੋ ਵੀਰ ਦੇ ਵੀ ਜਿਹੜਾ ਕਿ ਸੱਟ ਲੱਗੀ ਹੋਈ ਆ, ਆਹ ਦੇਖ ਸਕਦੇ ਹੋ ਰਬੜ ਬੋਰਡ ਦੇ ਜਿਹੜੇ ਫੇਰ ਗੋਲੇ ਉਹ ਲਈ ਫਿਰਦੇ। ਵੀਰ, ਇਹ ਤੁਹਾਡੇ ਬੱਚਾ? ਇਹ ਮੇਰੇ ਇੱਥੇ ਬੱਚੇ ਜੀ, ਇੱਕ ਪੈਰ ਤੇ ਬੱਚੇ ਜੀ, ਇਹ ਦੋਨੇ ਬੱਚਾ। ਹਾਂਜੀ ਜੀ। ਡਾਕਟਰ ਸਾਹਿਬ, ਕਿੰਨੀ ਕੁ ਮਾਰ ਕਰਦਾ ਇਹਦਾ, ਮਤਲਬ ਨੁਕਸਾਨ ਕਿੰਨਾ ਹੁੰਦਾ? ਬੇਸਿਕਲੀ ਆ ਜਦੋਂ ਵੱਜਦਾ ਨਾ ਤੇ ਇੱਕ ਜ਼ੋਰ ਕੇ ਵੱਜਦਾ ਤੇ ਖੂਨ ਦਾ ਨਾ ਬਹਾਵ ਹੈ ਜਿਹੜਾ ਉਹ ਰੋਕ ਦਿੰਦਾ ਇੱਕ ਜਗ੍ਹਾ ਤੇ। ਜਿਵੇਂ ਆਹ ਦੇਖੋ, ਇਹਨਾਂ ਦੀ ਸਵੈਲਿੰਗ ਕਰ ਗਈ ਪੈ ਗਈ ਆ, ਦੇਖੋ ਦਰਸ਼ਕੋ ਹਾਰਡ ਹੋ ਗਿਆ ਕਾਫੀ, ਹੈ ਨਾ? ਹਾਂਜੀ, ਬਹੁਤ ਦਰਦ ਹੋ ਰਿਹਾ ਜੀ, ਦਰਦ ਬਹੁਤ ਹੋ ਰਿਹਾ। ਆ ਦੇਖ ਸਕਦੇ ਹੋ ਫੇਰ ਇਸ ਤਰੀਕੇ ਦੇ ਨਾਲ ਜਿਹੜੇ ਕਿ ਇਲਾਜ ਕੀ ਹੈ ਇਹਦਾ? ਇਹਦੇ ਤੇ ਪੇਨ ਕਿਲਰ ਲਗਾ ਕੇ, ਠੀਕ ਹੈ ਨਾ, ਸਵੈਲਿੰਗ ਵਗੈਰਾ ਘਟਾਉਣ ਲਈ ਐਨਲਜੈਸਿਕ ਤੇ ਐਂਟੀਬਾਇਓਟਿਕ ਦੇ ਕੇ ਇਹਨਾਂ ਨੂੰ ਰੋਲ ਅਪ ਕਰ ਦਾਂਗੇ, ਇਹਨੂੰ ਸਾਰੇ ਨੂੰ ਨਾ ਡਰੈਸਿੰਗ ਕਰ ਦਾਂਗੇ ਇਸ ਜਗ੍ਹਾ ਤੇ। ਔਰ ਦੂਜੇ ਪਾਸੇ ਦਵਾਈਆਂ ਅੱਖਾਂ ਵਿੱਚ ਪਾ ਰਹੇ ਨੇ, ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਉਹ ਵੀ ਦਿਖਾ ਦਿੰਦੇ ਆ ਤੇ ਨਾਲ ਇੱਥੇ ਬਾਪੂ ਸੰਤੋਖ ਸਿੰਘ ਜੀ ਵੀ ਬੈਠੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਆ ਦੇਖੋ, ਪਹਿਲਾਂ ਹੱਥਾਂ ਦੇ ਵਿੱਚ ਆ ਪਾਣੀ ਹੈਗਾ ਆ ਜੋ ਪਾਇਆ ਜਾ ਰਿਹਾ, ਆ ਤੁਸੀਂ ਦੇਖ ਵੀ ਸਕਦੇ ਹੋ। ਬਖਸ਼ੀਸ਼ ਵੀਰ, ਇਹ ਕੀ ਤੁਸੀਂ ਪਾ ਰਹੇ ਹੋ? ਦੇਖੋ ਜੀ, ਜਿਹੜੀ ਅਥਰੂ ਗੈਸ ਦੇ ਜਿਹੜੇ ਗੋਲੇ ਨੇ, ਹਨਾ, ਜਿਹੜਾ ਉਹਦੇ ਵਿੱਚ ਜੋ ਕੈਮੀਕਲ ਹੁੰਦਾ, ਉਹ ਕੈਮੀਕਲ ਨੂੰ ਬੇਅਸਰ ਕਰਨ ਵਾਸਤੇ ਸੋਡੀਅਮ ਕਲੋਰਾਈਡ ਐਨਐਸ, ਜੋ ਆਮ ਗਲੂਕੋਜ਼ ਹੁੰਦਾ, ਹੈ ਨਾ, ਵੀ ਉਹ ਪਾਇਆ ਜਾਂਦਾ, ਵੀ ਥੋੜ੍ਹੇ ਸਮੇਂ ਲਈ ਜਿਹੜੀ ਰਾਹਤ ਹੈ, ਵੀ ਜ਼ਿਆਦਾ ਨਹੀਂ ਨੁਕਸਾਨੀ ਜਾਂਦੀ ਅੱਖ। ਉਸ ਤੋਂ ਬਾਅਦ ਜਿਹੜੇ ਆ ਤੁਸੀਂ ਦੇਖ ਰਹੇ ਹੋਵੋਗੇ, ਹੈ ਨਾ, ਕੂਲ ਕਰਨ ਵਾਸਤੇ ਅੱਖ ਨੂੰ, ਵੀ ਇਹ ਹੈ ਵੀ ਜਿਹੜਾ ਮੇਜਰ ਨੁਕਸਾਨ ਨਹੀਂ ਜਾਂਦਾ ਅੱਖ ਤੇ, ਉਹ ਮਤਲਬ ਕਾਫੀ ਦੇਰ ਲਈ ਆਰਾਮ ਰਹਿੰਦਾ ਅੱਖਾਂ। ਆ ਗਏ ਨੇ ਬਜ਼ੁਰਗ ਨੌਜਵਾਨ ਜਿਹੜੇ ਇਹ ਦਾਰੂ ਪਵਾ ਰਹੇ ਨੇ, ਜਿਨ੍ਹਾਂ ਦੀ ਅੱਖਾਂ ਫੱਟੜ ਨਹੀਂ, ਬੇਹਿਸਾਬ ਨੇ, ਤੁਸੀਂ ਦੇਖ ਸਕਦੇ ਹੋ, ਬੇਹਿਸਾਬ ਨੇ ਫੱਟੜ ਜਿਹੜੇ ਹੋਏ ਨੇ ਉਹਨਾਂ ਦੇ, ਲਗਭਗ ਸਾਰੇ ਜਿਹੜੀ ਉਹ ਟਾਂਕਿਆਂ ਵਾਲੀ ਇੰਜਰੀ ਸੀਗੀ, ਹੈ ਨਾ, ਤੇ ਇੱਕ ਮੁੰਡਾ ਹੈ ਉਹਦੇ 3 ਤੋਂ 4 ਟਾਂਕੇ ਲੱਗੇ ਨੇ, ਹੈ ਨਾ, ਡਾਕਟਰ ਸਾਹਿਬ ਸਾਰੀ ਟੀਮ ਖੜੀ ਹੈ। ਇਹ ਤਾਂ ਬੇਹਿਸਾਬ ਨੇ ਜੀ, ਅੱਖਾਂ ਵਿੱਚ ਕਰਕੇ ਉਸ ਤੋਂ ਬਾਅਦ ਆਪਣਾ ਆਈ ਡ੍ਰੌਪਸ ਪੈ ਰਹੇ ਨੇ, ਬਾਕੀ ਨਾਲ ਹੀ ਆ। ਹਾਂ ਦੇਖੋ, ਜਦੋਂ ਆਪਣੇ ਮੁੰਡੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ, ਕਿਉਂਕਿ ਮੁੰਡਿਆਂ ਦੇ ਵਿੱਚ ਤਾਂ ਇੱਕ ਹੈ ਜਜ਼ਬਾ, ਹੈ ਨਾ, ਤਾਂ ਚਲੋ ਅਸੀਂ ਤਾਂ ਮੈਡੀਕਲ ਫੀਲਡ ਨਾਲ ਜੁੜੇ ਹੋਏ ਹਾਂ ਤੇ ਇਹਨਾਂ ਪਰਿਵਾਰਾਂ 'ਚ ਵੀ ਜੁੜੇ ਹੋਏ ਹਾਂ। ਜੇ ਕਹਿੰਦੇ ਨੇ ਜ਼ਮੀਨ ਨਹੀਂ ਤਾਂ ਜ਼ਮੀਰ ਤਾਂ ਹੈ, ਹੈ ਨਾ, ਸੋ ਸਾਰੇ ਜੁੜੇ ਹੋਏ ਨੇ ਤੇ ਅਸੀਂ ਨਾਲ ਹੀ ਰਵਾਂਗੇ। ਬਿਲਕੁਲ ਬਿਲਕੁਲ ਨਾਲ। ਕਿੰਨੇ ਸਟ੍ਰਕਚਰਸ ਲੈ ਕੇ ਆਉਂਦੇ ਨੇ, ਲੱਗਦਾ ਕੋਈ ਇੰਨਾ ਸੀਰੀਅਸ ਹੋ ਜਾਏਗਾ ਤਾਂ ਜਿੱਥੇ ਲਿਆਉਣਾ ਪਏਗਾ? ਹਾਂ, ਜਦੋਂ ਮਤਲਬ ਉੱਥੋਂ ਦੀ ਰੱਖ ਕੇ ਟਰਾਲੀ ਵਗੈਰਾ ਵਿੱਚ, ਹੁਣ ਮੁੰਡਾ ਜਿਹੜਾ ਫੱਟੜ ਹੋਇਆ ਸੀਗਾ ਉਹਨੂੰ ਫਿਰ ਇਹਦੇ ਵਿੱਚ ਰੱਖ ਕੇ ਉਹਨੂੰ ਫਿਰ ਟਰਾਲੀ ਦੇ ਵਿੱਚ ਛੱਡ ਕੇ ਫਿਰ ਵਾਪਸ ਫਿਰ ਇੱਥੇ ਮਤਲਬ ਆ ਜਾਂਦਾ ਜੀ। ਹਾਂਜੀ ਹਾਂਜੀ। ਅੱਗੇ ਵੀ ਰੈਫਰ ਕਰਦੇ ਹੋ?
ਦੇਖੋ ਜੀ, ਇੱਕ ਆ ਐਂਬੂਲੈਂਸ ਨਾਲ ਸਬਸਟੀਟਿਊਟ, ਇਹ ਤਾਂ ਸਟੈਂਡ ਬਾਏ ਰਹੂਗੀ, ਖੜੀ ਰਹੂਗੀ। ਜਿਹੜਾ ਕੋਈ ਸੁਪਰ ਐਮਰਜੈਂਸੀ, ਪਤਾ ਵੀ ਹਸਪੀਟਲ ਦੇ ਵਿੱਚ ਹੀ ਠੀਕ ਹੋ ਸਕਦਾ ਹੈ ਨਾ, ਤੇ ਉਸ ਤੋਂ ਬਾਅਦ ਆ ਐਂਬੂਲੈਂਸ ਤੁਹਾਡੇ ਪਿੱਛੇ ਖੜੀ ਹੈ, ਫਿਰ ਰਵਾਨਾ ਹੋ ਜਾਏਗੀ ਜੀ। ਸੋ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਇਸ ਵਕਤ ਇਕਲੌਤਾ ਲਾਈਫ ਕੇਅਰ ਫਾਊਂਡੇਸ਼ਨ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਪੂਰਾ ਪ੍ਰਬੰਧ ਇੱਥੇ ਕੀਤਾ ਹੋਇਆ, ਇੱਥੋਂ ਤੱਕ ਕਿ ਸਟੀਚਿੰਗ ਵੀ ਆਪ ਕਰਦੇ ਨੇ। ਬਾਪੂ ਸੰਤੋਖ ਸਿੰਘ ਜੀ, ਜਿਹੜੇ ਕਿ ਹਰ ਟਾਈਮ ਤੁਸੀਂ ਲਾਈਫ ਕੇਅਰ ਫਾਊਂਡੇਸ਼ਨ ਨਾਲ ਦੇਖਦੇ ਹੋ, ਇਹ ਉਹ ਬਾਪੂ ਨੇ ਕਿ ਜਦੋਂ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਪਹਿਲਾਂ ਅਥਰੂ ਗੈਸ ਦਾ ਗੋਲਾ ਜਿਹੜਾ ਇਹਨਾਂ ਦੀ ਅੱਖ ਦੇ ਵਿੱਚ ਵੱਜਾ ਸੀ, ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਸੀ। ਬਾਪੂ ਅੱਜ ਫੇਰ ਡਟੇ ਹੋਏ ਹੋ ਮੋਰਚੇ ਦੇ ਵਿੱਚ, ਕੀ ਕਹਿਣਾ ਚਾਹੁੰਦੇ? ਬਿਲਕੁਲ ਬਿਲਕੁਲ, ਅਸੀਂ ਆਪਣੇ ਧੀਆਂ ਪੁੱਤਰਾਂ ਨਾਲ ਖੜੇ ਹੋਣਾ ਹੈ, ਸਾਡਾ ਫਰਜ਼ ਬਣਦਾ ਵਾ। ਸਾਡੇ ਮਹਾਰਾਸ਼ਟਰ ਦੇ ਪਾਤਸ਼ਾਹ ਨੇ ਆਪਣੇ ਪਰਿਵਾਰ ਵਾਸਤੇ ਸਾਡੀ ਖਾਤਰ, ਤੇ ਅਸੀਂ ਆਪਣੇ ਪੁੱਤਾਂ ਨੂੰ ਖੜਾ ਹੋਇਆ ਸਰਕਾਰਾਂ ਸਾਨੂੰ ਦੁਬਾਰੇ ਅੰਦੋਲਨ ਜਦੋਂ ਹੁਣ ਹੋਇਆ ਯਾਦਾ ਭੁੱਲ ਜਾਏ, ਯਾਦ ਰੱਖੀ ਜਾਂਦੀਆਂ ਇਹ ਗੱਲਾਂ। ਬਿਲਕੁਲ, ਜਿਵੇਂ ਅਥਰੂ ਗੈਸ ਦਾ ਗੋਲਾ ਪਹਿਲਾਂ ਚੱਲਦੇ ਰਹਿੰਦੇ ਆ। ਕੋਈ ਗੱਲ ਨਹੀਂ ਬੇਟਾ, ਕੋਈ ਗੱਲ ਨਹੀਂ, ਦੁਸ਼ਮਣ ਨਾਲ ਜਦੋਂ ਲੜੀਏ ਫੇਰ ਕਾਹਦੀ ਵਿਚਾਰ ਆ, ਫੇਰ ਕੋਈ ਵਿਚਾਰ ਨਹੀਂ, ਸਾਨੂੰ ਤਾਂ ਰੋਸ ਵੀ ਕੋਈ ਨਹੀਂ ਆ। ਮਾਰ ਲਿਓ, ਰੋਸ ਇਸ ਗੱਲ ਦਾ ਵਾ, ਅਸੀਂ ਚੁਣਿਆ ਇੱਕ ਸਰਕਾਰ ਦੇਸ਼ ਦਾ ਰਾਜਾ ਹੋਵੇ ਤੇ ਰਾਜਾ ਹਮਲਾ ਕਰਾਵੇ, ਇਸ ਮਤਲਬ ਉਹਦੀ ਜਿਹੜੀ ਖੇਤ ਦੀ ਵਾੜ ਆ ਉਹ ਖੇਤ ਨੂੰ ਬਚਾਉਣ ਵਾਸਤੇ ਹੁੰਦੀ ਹੈ, ਇਹਨੂੰ ਚੁਣਿਆ ਸਾਨੂੰ ਬਚਾਉਣ ਵਾਸਤੇ। ਇਹ ਸਾਨੂੰ ਮਾਰਦਾ ਵੀ ਉਹ ਖੇਤ ਬਾੜ ਖੇਤ ਨੂੰ ਖਾਵੇ ਤਾਂ ਖੇਤ ਕੀ ਕਰੂਗਾ? ਪਰ ਸਾਨੂੰ ਅੱਗੇ ਵੀ ਨਹੀਂ ਜਾ ਰਹੇ, ਪਹਿਲਾਂ ਹੀ ਅਥਰੂ ਗੈਸ ਦੇ ਗੋਲੇ ਰਬੜ ਬੋਰਡ ਦੀਆਂ, ਇਹ ਬੇਟਾ ਬਹੁਤ ਗਲਤ ਆ। ਜਦੋਂ ਅਸੀਂ ਬਾਰਡਰ ਤੋੜੀਏ ਹਰਿਆਣੇ ਦੇ ਵਿੱਚ, ਵੜੀਏ ਦਾ ਹੱਕ ਮੰਗਦਾ ਉਹ ਗੋਲੀ ਸਾਡੇ ਤੋਂ ਚਲਾਉਂਦਾ, ਸਾਡੇ ਪੰਜਾਬ ਗੋਲੀ ਕਿਉਂ ਚਲਵਾਏ? ਕੀ ਇਹਨੂੰ ਅਧਿਕਾਰ ਆ? ਇਹਨਾਂ ਕਾਨੂੰਨ ਸਾਰਾ ਛਿੱਕੇ ਟੰਗਿਆ ਵਾ, ਇਹ ਸਾਨੂੰ ਮਤਲਬ ਬਦਨਾਮ ਕਰਨ ਦੀ ਖਾਤਰ ਦਿੱਲੀ ਦੇ ਇਹੋ ਕੁਛ ਹੋਇਆ ਸੀ, ਇੱਥੇ ਵੀ ਇਹੋ ਕੁਛ ਹੀ ਆ। ਸਾਡੇ ਆਪਣੇ ਗਦਾਰ ਸਾਨੂੰ ਮਾਰਦੇ ਸੀ, ਮਰਦੇ ਨਹੀਂ ਇਹਨਾਂ ਸਰਕਾਰਾਂ ਤੋਂ। ਉਹ ਜਿੱਥੇ ਮਰਜ਼ੀ ਭੱਜ ਲਾ ਮੋਦੀਆਂ ਅਰਜਾਂ ਤੇਰੇ ਯਾਰਾਂ ਤੋਂ, ਅਸੀਂ ਡਰਦੇ ਨਹੀਂ, ਜਿੱਥੇ ਮਰਜ਼ੀ ਭੱਜ ਵਾਰ ਕਰਦੇ ਕਰ, ਉਹ ਅਸੀਂ ਛਾਤੀ ਦੇ ਝੱਲਾਂਗੇ, ਤੂੰ ਵੇਖ ਲਾ ਡਿੱਗ ਕੇ ਸਾਡੇ ਨਾਲ ਥੱਲੇ ਮੈਦਾਨ ਦੇ ਵਿੱਚ ਆ ਕੇ। ਅਸੀਂ ਨਹੀਂ ਡਰਦੇ, ਅਸੀਂ ਨਹੀਂ ਡਰਦੇ, ਨਾ ਅਸੀਂ ਕਿਸੇ ਨੂੰ ਡਰਾਉਣੇ ਆ। ਦਰਦ ਹੈ ਮਨ ਦੇ ਵਿੱਚ ਵੀ, ਕੀ ਕਰ ਰਹੇ ਥੋੜਾ ਜਿਹਾ? ਸਾਡੇ ਬੱਚਿਆਂ ਨਾਲ, ਸਾਡੇ ਭਰਾਵਾਂ ਨਾਲ ਕੀ ਬਣ ਗਿਆ? ਇੱਥੇ ਸਾਡੀ ਧੀਆਂ ਵਿੱਚ ਆਈਆਂ ਬੈਠੀਆਂ, ਬਿਲਕੁਲ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ? ਇਹ ਪਿਛਲਾ ਇਤਿਹਾਸ ਸਾਡਾ ਪੜ੍ਹ ਕੇ ਯਾਦ ਕਰ। ਉਹ ਜਦੋਂ ਜਦੋਂ ਬੇਟੀਆਂ ਸਜਾ ਕੇ ਲਿਆਉਣੇ ਆ, ਅਸੀਂ ਆਪਣੀਆਂ ਧੀਆਂ ਸਮਝਦੇ ਹਾਂ, ਇਹ ਅੱਜ ਕੀ ਕਹਿੰਦਾ ਆ? ਇਹ ਕਿਹੜਾ ਰਾਜ ਆ? ਇਹ ਬਾਹਰ ਦੇਸ਼ਾਂ ਵਿੱਚ ਭੱਜ ਕੇ ਬੋਲਣਾ, ਮੇਰਾ ਲੋਕਤੰਤਰ ਵੇਖੋ, ਉਹ ਯਾਰ ਲੋਕਤੰਤਰ ਵੇਖ ਲਓ, ਲੋਕਤੰਤਰ ਕੀ ਆ? ਉਹ ਥੱਲੇ ਆ ਗਰਾਊਂਡ ਦੇ ਵੇਖ ਆਪਣਾ, ਤੇਰਾ ਲੋਕਤੰਤਰ ਕੀ ਆ? ਇਹ ਤੰਤਰ ਕੀ ਆਉਂਦਾ ਤੈਨੂੰ? ਉਹ ਤੈਨੂੰ ਫੜਕਾਰਾਂ ਪਾਉਣੇ, ਲੱਖ ਲੱਖ ਫੜਕਾਰ ਬੋਤੀ ਤੈਨੂੰ। ਬੇਟਾ ਫਿਰ ਤੈਨੂੰ ਤਾਂ ਮੈਂ ਦੱਸਿਆ, ਜੋ ਦੁਸ਼ਮਣ ਬਣ ਜਾਏ ਇੱਕ ਦੂਜੇ, ਸਾਨੂੰ ਇਹਨਾਂ ਪ੍ਰਭਾਵ ਕੋਈ, ਜਿੰਨੇ ਮਰਜ਼ੀ ਕਰ ਲਵੇ, ਅਸੀਂ ਕੋਈ ਹੁਣ ਡੱਕਦਾ ਨੀ ਉਹਨੂੰ, ਉਹਨੂੰ ਖੁੱਲੀ ਛੁੱਟੀ ਆ, ਉਹ ਵਾਰ ਕਰੇ ਝੱਲਾਂਗੇ। ਤੇ ਜਦੋਂ ਅਸੀਂ ਵਾਰ ਛੱਡੇ ਉਦੋਂ ਫਿਰ ਪਤਾ ਲੱਗੂ ਪੁੱਤ ਨੂੰ ਉਹ ਕਿੱਦਾਂ ਝੱਲਦਾ ਵਾ। ਪਰ ਪੁੱਤ ਲੋਕਾਂ ਦੇ ਮਰਵਾਉਂਦਾ ਵਾ, ਤੁਹਾਨੂੰ ਮੈਂ ਅੱਗੇ ਵੀ ਕਹਿ ਚੁੱਕਾ, ਜੈ ਜਵਾਨ ਤੇ ਜੈ ਕਿਸਾਨ ਇਹ ਪਿੱਛੇ ਨਾਰਾ ਹੁੰਦਾ ਸੀ, ਜੈ ਜਵਾਨ ਜਾਂ ਹੱਦਾਂ ਤੇ ਰਾਖੀ ਕਰਦਾ ਆ, ਕਿਸਾਨ ਅਨੰਗ ਅੰਨ ਉਗਾ ਕੇ ਪੈਦਾ ਕਰਕੇ ਲੋਕਾਂ ਦੇ ਢਿੱਡ ਪਾਲਦਾ ਵਾ, ਇਹਨਾਂ ਦੇ ਪਾਲਦਾ ਵਾ, ਇਹ ਕਿਹੜੇ ਰੋਟੀ ਨਹੀਂ ਖਾਂਦੇ? ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈਗੀ ਇਸ ਗੱਲ ਦੀ, ਨੌਜਵਾਨ ਤੇ ਜੈ ਜਵਾਨ ਤੇ ਜੈ ਕਿਸਾਨ ਆਮੋ ਸਾਹਮਣੇ ਕਰਤੇ ਆ, ਇਹ ਕੀ ਸਰਕਾਰਾਂ ਬਈ, ਕੀ ਸਰਕਾਰਾਂ ਆ। ਇਸ ਵਕਤ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਕਹਿ ਰਹੇ ਨੇ ਕਿ ਦਰਦ ਵੀ ਬਹੁਤ ਹੋ ਰਿਹਾ, ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ,
ਪਰ ਉੱਥੇ ਹੀ ਨੌਜਵਾਨ ਚੜ੍ਹਦੀ ਕਲਾ ਦੇ ਵਿੱਚ ਨੇ। ਲਾਈਫ ਕੇਅਰ ਫਾਊਂਡੇਸ਼ਨ ਇਹ ਉਹ ਸੰਸਥਾ ਆ ਜਿਹੜੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਹਸਪੀਟਲ ਚਲਾਉਂਦੀ ਹੈ, ਤਾਂ ਹੁਣ ਤੱਕ ਕਈ ਲੈਬੋਰਟਰੀਆਂ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਖੋਲ ਦਿੱਤੀਆਂ ਨੇ ਤਾਂ ਜੋ ਇਸੇ ਹੀ ਤਰ੍ਹਾਂ ਸੇਵਾਵਾਂ ਉਹਨਾਂ ਦੀਆਂ ਚੱਲਦੀਆਂ ਰਹਿਣ। ਜਦੋਂ ਸ਼ੰਭੂ ਬਾਰਡਰ ਤੇ ਪਹਿਲੀ ਵਾਰੀ ਗੋਲਾਬਾਰੀ ਹੋਈ ਸੀ 13 ਤਰੀਕ ਨੂੰ, ਤਾਂ ਉਦੋਂ ਵੀ ਇਹੀ ਲਾਈਫ ਕੇਅਰ ਫਾਊਂਡੇਸ਼ਨ ਆਪਣਾ ਪੂਰਾ ਪ੍ਰਬੰਧ ਕਰਕੇ ਇੱਥੇ ਪਹੁੰਚੀ ਸੀ, ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਹਰ ਪ੍ਰਕਾਰ ਦੀਆਂ ਸੇਵਾਵਾਂ ਜਿਹੜੀਆਂ ਉਹ ਪ੍ਰੋਵਾਈਡ ਕਰਵਾ ਰਹੀ ਹੈ। ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ, ਧੰਨਵਾਦ।